अल्लाह क्या बोल रहा है, तो खुद बड़े टाइपुट क्या कह रही हो? हालांकि बंदा पेंड च होता ना उठे अख खोल जाए तो मुड़ के फसाउण नूं जल्दी कर, इत्थे अख खोल जा नमाज पढ़ के फिर लंबे पै जाए। ਉਹ ਲਤੀਫੇ ਵਾਲੀ ਗੱਲ ਆ, ਉਹ ਹੁੰਦਾ ਸੀ ਨਾ ਇੱਕ ਸ਼ਬਦ ਦੇਖ ਪ੍ਰੋਗਰਾਮ ਉਹ ਹੁੰਦਾ ਸੀ 50-50 ਉਹਦੇ 'ਚ ਉਹ ਕਹਿੰਦਾ ਹੈ ਅਲਣ ਰਹਿਣਾ ਸੀਗਾ, ਕਹਿੰਦਾ ਉਹ ਮੇਰਾ ਫਲਾਣਾ ਜਿਹੜਾ ਨਾ ਮਰੀ ਜਾਂਦਾ, ਕਹਿੰਦਾ ਜਾਂਦਾ ਹੀ ਬਿਮਾਰ ਹੋ, ਕਹਿੰਦਾ ਉੱਥੋਂ ਜਲਦੀ ਜਲਦੀ ਲੈ ਕੇ ਆਏ ਅਤੇ ਲਿਆਣ ਕੇ ਜਿਹੜੇ ਉਹਨੂੰ ਛੱਡਿਆ ਘਰ, ਅਤੇ ਕਹਿੰਦਾ ਉਹ ਭੱਜ ਕੇ ਜਾ ਕੇ ਦੋ ਤਿੰਨ ਗੱਡੀਆਂ ਦੇ ਸਲੰਸਰਾਂ ਦੇ ਨਾਲ ਮੂੰਹ ਲਾ ਕੇ ਸੁੰਘਿਆ ਅਤੇ ਫਿਰ ਜਾ ਕੇ ਸੈੱਟ ਹੋਇਆ। ਸਾਡਾ ਤਾਂ ਉਹ ਹਾਲ ਧੂੰਆਂ ਫੱਕ ਫੱਕ ਕੇ ਫੇਫੜੇ ਜਿਹੜੇ ਰਹਿ ਜਾਂਦੇ ਆ। ਉਹ ਮੈਂ ਦੇਖਦਾ ਅਕਸਰ ਸ਼ਹਿਰ ਦੇ ਵਿੱਚ ਮਾਈਆਂ ਜਾਂ ਬਾਬੇ ਜੋ ਉਮਰ ਦੇ ਲੰਘਦੇ ਆ ਨਾ, ਇਹਨਾਂ ਦੀ ਸ਼ਕਲਾਂ ਵੀ ਬਿਲਕੁਲ ਹੋ ਜਾਂਦੀਆਂ, ਜਿਹੜੇ ਪਿੰਡਾਂ ਥਾਂ ਦੇ ਆ ਉਹਨਾਂ ਦੀ ਸ਼ਕਲਾਂ ਨਹੀਂ ਵਿਗੜਦੀਆਂ, ਪੁਰਾਣੀਆਂ ਖੁਰਾਕਾਂ ਖਾਂਦੀਆਂ ਹੁੰਦੀਆਂ। ਅੱਲਾਹ ਟੋਪੀ ਦੀ ਆਪਣੀ ਇੱਥੇ ਕਬਜ਼ਾ ਕਰੀਏ, ਕੋਈ ਹੋਰ ਨਾ ਕਬਜ਼ਾ ਕਰ ਜਾਏ। ਹਾਂ ਜਿਹੜਾ ਚੀਫ ਚੀਫ ਕੀ ਕਰਦਾ ਰਹਿੰਦਾ ਵੀਡੀਓ ਬਣਾ ਰਹਾ ਕਿਸੇ ਮੋਬਾਈਲ ਪੇ ਮੈਂ ਅਪਲੋਡ ਕਰੂੰਗਾ। ਮੈਂ ਪਾਪਾ ਆਪਕੋ ਪਤਾ ਇੱਕ ਐਪ ਬਣਾਈ ਹੈ ਮਾਈ ਮੈਸੇਜ ਕੰਪਿਊਟਰ ਮੋਬਾਈਲ ਪੇ ਸੇਵ ਹੈ ਕੀ ਆ ਪਾਸੇ ਸਾ ਅਗਰ ਪਬਲਿਸ਼ ਕਰਨਾ ਹੈ ਨਾ ਉਸ ਪਬਲਿਸ਼ ਕਰਨਾ ਹੈ ਗੂਗਲ ਪਲੇ ਪੇ ਭੇਜਣਾ $25 ਦੇਣੇ ਪਏ। ਅੱਛਾ ਮੈਂ ਇੱਕ ਐਪ ਬਣਾਈ ਮੈਂ ਕਰੂੰ ਮੋਬਾਈਲ ਪੇ, ਪਰ ਜੈਸੇ ਮੈਂ ਔਨ ਕੀ ਨਾ ਪਤਾ ਨਹੀਂ ਕੌਣ ਕੌਣ ਮੈਸੇਜ ਆਉਣਾ ਸ਼ੁਰੂ ਹੋ ਗਏ। ਉਹ ਤੂੰ ਕਿਹੜੀ ਐਪ ਬਾਜੀ ਮੋਬਾਈਲ ਲਿਆ ਜਿਹੜੀ ਕੱਲ੍ਹ ਮਰ ਗਈ ਸੀ ਹਾਥੀ ਦੀਆਂ ਲੱਤਾਂ ਕਰੋ ਯਾਰ ਨਾ ਕਰਿਆ ਕਰ। ਇਹ ਦੇਖੋ ਇਹ ਬਣਾਈਏ ਨਾ ਮੈਂ ਸਿਰਫ ਸੇਵ ਕਰੂੰਗਾ ਨਾ ਮੈਂ ਖੁਦ ਵੀ ਡਾਊਨਲੋਡ ਕਰ ਸਕਦਾ ਹਾਂ ਕਰੂੰ ਮਾਈ ਮੈਸੇਂਜਰ ਮੈਂ ਲਿਖਾ ਇਸ ਨਾਮ ਰੱਖਿਆ ਮੈਂ ਸਟੂਡੈਂਟ ਮੈਸੇਂਜਰ ਹਰੇਕ ਵਾਲਪੇਪਰ ਵਾਲੀ ਬਣਾਈ ਫਿਰ ਵੀ ਚਲਾ ਗਿਆ ਕਿਆ ਤੂੰ ਤੇਰਾ ਆਪਣਾ ਮੋਬਾਈਲ